लड़ाई जितनी है ते साडा साडा जिहड़ी शुरुआत है जिहड़ी लड़ाइयां होंदियां ने ओह हमेशा बॉर्डर तों शुरू होंदियां ने साडी कल्लां दी नहीं है प्रणाम करके ही होनी चाहिए है। दूसरी गल ये जगह हुण कोई आम जगह नहीं रह गई है, ये जगह आम जगह नहीं आ गई है। पता क्यों? किसी ने सोचा सी अज तू 6 महीने पहला इतने कभी कीर्तन होगा, इतने कभी ना जपया जाऊगा, हुण इतने कीर्तन भी आउंदा इतने ना भी जपया जाता है। ये तीर्थ स्थान है, ये हुण आम स्थान नहीं रहा। इस तू इलावा जिहड़ी लड़ाइया होंदिया ने वो हमेशा बॉर्डर तों शुरू होंदिया ने। ਤੁਸੀਂ ਕਦੀ ਸੋਚਿਆ ਸੀ ਕਿ ਇਸ ਲੜਾਈ ਨੂੰ ਆਪਾਂ ਬਾਰਡਰ ਤੋਂ ਲੜਾਂਗੇ? ਇਹ ਸਿੰਘੂ ਬਾਰਡਰ ਹੈ, ਸਿੰਘੂ ਬਾਰਡਰ। ਜੰਗਾਂ ਹਮੇਸ਼ਾ ਬਾਰਡਰਾਂ ਤੋਂ ਹੁੰਦੀਆਂ ਨੇ, ਬਾਰਡਰ ਪਾਰ ਕਰਕੇ ਨਹੀਂ ਲੜੀਦਾ। ਜੇ ਆਪਾਂ ਅੱਜ ਇਸ ਬਾਰਡਰ 'ਤੇ ਖੜੇ ਹਾਂ, ਇਹ ਬਾਰਡਰ 'ਤੇ ਸਿਰਫ ਆਪਣੇ ਲਈ ਨਹੀਂ ਖੜੇ, ਇਹ ਆਪਣੇ ਲਈ ਨਹੀਂ ਖੜੇ, ਅਸੀਂ ਆਪਣੇ ਬੱਚਿਆਂ ਲਈ ਖੜੇ ਹਾਂ, ਸਾਰੇ ਦੇਸ਼ ਦੇ ਕਿਸਾਨਾਂ ਲਈ ਖੜੇ ਹਾਂ ਆਪਾਂ ਇੱਥੇ। ਸਾਡੇ ਸੁਪਨੇ ਮਰਦੇ ਆ, ਸਾਡੇ ਬੱਚਿਆਂ ਦੇ ਸੁਪਨੇ ਮਰਦੇ ਆ। 35 ਲੱਖ ਦਾ ਕਿੱਲਾ 16 ਲੱਖ ਦਾ ਹੋ ਗਿਆ। ਮੈਨੂੰ ਤੂੰ ਹੀ ਦੱਸੋ ਕਿ 16 ਲੱਖ ਰੁਪਏ ਨਾਲ 16 ਲੱਖ ਦਾ ਕਿੱਲਾ ਸਾਡਾ ਢਿੱਡ ਨਹੀਂ ਭਰ ਸਕਣ ਡਿਆ ਅੱਜ, ਤੇ ਕੀ ਕਰਨੇ ਆ 16 ਲੱਖ ਦੇ ਕਿੱਲੇ ਨੂੰ? ਸਾਨੂੰ ਆਮਦਨ ਚਾਹੀਦੀ ਆ, ਸਾਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਚਾਹੀਦਾ। ਇਸ ਦੇਸ਼ ਦੇ ਸਾਰੇ ਕਿਸਾਨਾਂ ਦੀ ਲੜਾਈ ਸੇਮ ਆ, ਚਾਹੇ ਹਰਿਆਣਾ ਆ, ਚਾਹੇ ਪੰਜਾਬ ਆ, ਚਾਹੇ ਉੱਤਰ ਪ੍ਰਦੇਸ਼ ਆ। ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਅੱਜ ਸਾਰੇ ਇੰਡੀਆ ਦਾ ਕਿਸਾਨ ਇੱਕ ਝੰਡੇ ਥੱਲੇ ਆ ਗਿਆ। ਇੱਕ ਗੱਲ ਯਾਦ ਰੱਖਿਓ, ਅੱਜ ਜੇ ਵਾਪਸ ਚਲੇ ਗਏ ਤਾਂ ਫਿਰ ਸਾਡੀਆਂ ਪੀੜ੍ਹੀਆਂ ਕਦੀ ਨਹੀਂ ਉੱਠ ਸਕਣਗੀਆਂ, ਕਦੀ ਨਹੀਂ ਉੱਠ ਸਕਾਂਗੇ ਆਪਾਂ। ਜੇ ਅੱਗੇ ਵੱਧ ਗਏ ਅਸੀਂ ਆਪਣੀ ਪੀੜ੍ਹੀਆਂ ਦੇ, ਅਸੀਂ ਆਪਣੇ ਪੀੜ੍ਹੀਆਂ ਦਾ ਆਉਣ ਵਾਲਾ ਸਮਾਂ ਬਦਲ ਕੇ ਰੱਖ ਦਾਂਗੇ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਹਾਂ, ਜੇ ਇਸ ਲੜਾਈ ਨੂੰ ਜਿੱਤਣਾ ਆ ਤਾਂ ਸਾਨੂੰ ਆਪਣੇ ਵੱਡਿਆਂ ਦੀ ਗੱਲ ਮੰਨਣੀ ਪੈਣੀ ਆ। ਇੱਥੇ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਅੱਜ ਇੱਕ ਝੰਡੇ ਥੱਲੇ ਆਪਾਂ ਖਲੋਤੇ ਹਾਂ, ਇਹਨਾਂ ਬਜ਼ੁਰਗਾਂ ਇਹਨਾਂ ਪ੍ਰਧਾਨਾਂ ਦੀ ਦੇਣ ਆ। ਔਰੰਗਜ਼ੇਬ ਮੋਦੀ, ਤੈਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ, ਇਹ ਜਿਹੜੇ ਸਾਡੇ ਬਜ਼ੁਰਗ ਝੰਡਾ ਲਾ ਕੇ ਖਲੋਤੇ ਨਾ, ਤੇਰੇ ਲਈ ਇਹੀ ਕਾਫੀ ਆ। ਜਵਾਨ ਤੇ ਬਾਅਦ ਵਿੱਚ ਆਉਣਗੇ, ਪਹਿਲਾਂ ਤੂੰ ਇਹਨਾਂ ਨਾਲ ਲੜ ਕੇ ਵਿਖਾ ਦੇ ਸਾਨੂੰ। ਫੇਸਬੁੱਕ 'ਚ ਮੈਂ ਵੇਖਿਆ, ਫੇਸਬੁੱਕ 'ਚ ਵੇਖਦੇ ਹਾਂ ਸਾਡੇ ਬਜ਼ੁਰਗ ਲਲਕਾਰਨ ਡੇ ਆ ਮੋਦੀ ਨੂੰ, ਔਰੰਗਜ਼ੇਬ ਨੂੰ। ਅਰੇ ਯਾਰ, ਕਿਉਂ ਤੁਸੀਂ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਹੋ? ਅਸੀਂ ਸਿਰਫ ਆਪਣੇ ਹੱਕ ਮੰਗੇ ਸੀ, ਸਾਨੂੰ ਸਾਡੀ ਕੀਮਤ ਦੇ ਦਿਓ, ਸਾਨੂੰ ਕੁਛ ਨਹੀਂ ਚਾਹੀਦਾ। ਇਹ ਸਾਡੀਆਂ ਜਿਹੜੀਆਂ ਤਕਲੀਫਾਂ ਨੇ ਸਿਰਫ ਅਸੀਂ ਜਾਣਦੇ ਹਾਂ, ਸਾਨੂੰ ਸਿਖਾ ਰਹੇ ਨੇ ਖੇਤੀ ਕਿੱਦਾਂ ਕਰੀਦੀ ਆ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ, ਇਸ ਦੇਸ਼ ਦੀ ਪਦਵੀ ਕਿਸੇ ਵੀ ਪਤਾ ਕੀ ਆ? ਇੱਥੇ ਜਿਹੜਾ ਬੰਦਾ ਕਦੀ ਟ੍ਰੇਨ 'ਚ ਨਹੀਂ ਬੈਠਾ ਉਹਨੂੰ ਰੇਲ ਮੰਤਰੀ ਬਣਾ ਦਿਓ। ਉਹ 5 ਸਾਲ ਡੱਬੇ ਕਹਿੰਦਾ ਆ, 5 ਸਾਲ ਇੰਜਨ ਦਾ ਪਤਾ ਕਰਦਾ, 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਆ। ਇਸ ਦੇਸ਼ ਦੇ ਹਾਲਾਤ ਇਹ ਆ ਕਿ ਜਿਹੜਾ ਬੰਦਾ ਕਦੀ ਜਹਾਜ਼ 'ਚ ਨਹੀਂ ਬੈਠਾ ਉਸਨੂੰ ਜੀ ਬਣਾ ਦਿਓ, ਉਹਨੂੰ ਫੋਰਨ ਮਿਨਿਸਟਰ ਬਣਾ ਦਿਓ। ਇਹੋ ਕੰਮ ਸਾਡੇ ਨਾਲ ਹੋਇਆ, ਇਹੋ ਕੰਮ ਸਾਡੇ ਨਾਲ ਆਇਆ। ABCD ਸਾਨੂੰ ਆਉਂਦੀ ਆ, ਸਾਡੀ ਖੇਤੀ ਦੀ ABCD ਸਾਨੂੰ ਆਉਂਦੀ ਆ। ਅਸੀਂ ਕਿਤਾਬਾਂ ਲਿਖੀਆਂ ਨੇ ਆਪਣੀ ਖੇਤੀ ਦੇ, ਸਾਨੂੰ ਪੁੱਛੋ ਬਿੱਲ ਕੀ ਆ? ਤੁਸੀਂ ਸਾਨੂੰ ਬਿੱਲ ਬਣਾ ਕੇ ਦੇ ਰਹੇ ਹੋ, ਤੁਹਾਨੂੰ ਬਿੱਲ ਬਾਰੇ ਨੌਲੇਜ ਨਹੀਂ ਆ। ਏਸੀ ਦੇ ਕਮਰੇ 'ਚ ਬਹਿ ਕੇ ਕਦੀ ਬਿੱਲ ਨਹੀਂ ਬਣਾਈਦੇ, ਏਸੀ ਦੇ ਕਮਰੇ 'ਚ ਬਹਿ ਕੇ ਕਦੀ ਬਿੱਲ ਨਹੀਂ ਬਣਦੇ। ਬਿੱਲ ਬਣਾਉਣੇ ਆ, ਸਾਡੇ ਕੋਲ ਪੁੱਛੋ ਬਿੱਲ ਕੀ ਚਾਹੀਦੇ ਆ? ਇਹ ਲੜਾਈ ਇੱਥੇ ਖਤਮ ਨਹੀਂ ਕਰਨੀ ਮੇਰੇ ਬਜ਼ੁਰਗੋ, ਮੇਰੇ ਨੌਜਵਾਨੋ, ਇਸ ਲੜਾਈ ਨੂੰ ਅੱਗੇ ਵਧਾਉਣਾ ਪਏਗਾ। ਇਹ ਲੜਾਈ ਇਹ ਨਾ ਸੋਚੋ ਕਿ ਆਪਾਂ ਇੱਥੋਂ ਜਿੱਤ ਕੇ ਚਲੇ ਗਏ ਤੇ ਜਿੱਤ ਜਾਵਾਂਗੇ। ਇੱਕ ਗੱਲ ਮੈਂ ਸਪਸ਼ਟ ਕਹਿਣਾ ਚਾਹੁੰਦਾ ਆ, ਅੱਜ ਅੰਬਾਨੀ ਆਇਆ, ਕੱਲ ਨੂੰ ਹੋਰ ਬੰਦੇ ਵੀ ਆਉਣਗੇ। ਇਹ ਪਤਾ ਕਿਉਂ ਆਉਣਗੇ? ਕਿਉਂਕਿ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ, 70 ਸਾਲ। ਔਰ ਇਹ 70 ਸਾਲ 'ਚ ਕੀ ਹੋਇਆ? ਅਸੀਂ ਬੰਦੇ ਚੁਣ ਕੇ ਭੇਜੇ। 543 MP ਵਿੱਚੋਂ ਕਿੰਨੇ ਬੰਦੇ ਆ ਜਿਹੜੇ ਕਿਸਾਨੀ ਕਰਦੇ ਆ? ਮੈਨੂੰ ਦਿਖਾ ਦਿਓ ਕਿੰਨੇ ਬੰਦੇ ਕਿਸਾਨੀ ਕਰਦੇ ਆ। ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ ਕਿਹੜਾ ਬੰਦਾ ਸੀ ਜਿਹੜਾ ਕਿਸਾਨੀ ਨਾਲ ਜੁੜ ਕੇ ਗਿਆ? ਜੈ ਜਵਾਨ ਜੈ ਕਿਸਾਨ ਦਾ ਨਾਰਾ ਕਿਹਨੇ ਦਿੱਤਾ ਸੀ? ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ ਸੀ। ਉਸ ਤੋਂ ਬਾਅਦ ਇਹ ਨਾਰਾ ਕਿਸਨੇ ਦਿੱਤਾ? ਕਿਸੇ ਨੇ ਨਹੀਂ ਦਿੱਤਾ। ਤੇ ਗਲਤੀ ਕਿਹਦੀ ਆ? ਗਲਤੀ ਸਾਡੀ ਆ। ਇੱਕ ਹੋਰ ਸਾਡੀ ਜਿੱਤ ਜਿਹੜੀ ਬਹੁਤ ਵੱਡੀ ਹੋਈ ਆ, ਮੇਰਾ ਸਲਿਊਟ ਆ ਆਪਣੇ ਬਜ਼ੁਰਗਾਂ ਨੂੰ, ਆਪਣੇ ਪ੍ਰਧਾਨਾਂ ਨੂੰ। ਉਹ ਜਿੱਤ ਪਤਾ ਕੀ ਸੀ? ਅੱਜ ਆਪਾਂ ਪੋਲੀਟੀਕਲ ਬੰਦਾ ਇਸ ਮੰਚ 'ਚ ਨਹੀਂ ਚੜ੍ਹਨ ਦਿੱਤਾ, ਇਹ ਅਜੇ ਸਾਡੀ ਜਿੱਤ। ਇਹ ਜਿੱਤ ਨੂੰ ਬਰਕਰਾਰ ਰੱਖਣਾ, ਠੀਕ ਆ? ਸਾਡੀਆਂ ਯਾਰੀਆਂ ਸਾਰਿਆਂ ਰਹਿਣਗੀਆਂ, ਸਾਡੇ ਰਿਸ਼ਤੇਦਾਰੀਆਂ ਸਾਰਿਆਂ ਨਾਲ ਰਹਿਣਗੀਆਂ, ਪਰ ਜਿਹੜਾ ਸਾਡੇ ਕਿਸਾਨਾਂ ਨਾਲ ਨਹੀਂ ਖਲੋਏਗਾ ਉਹ ਸਾਡਾ ਯਾਰ ਨਹੀਂ, ਉਹ ਸਾਡਾ ਰਿਸ਼ਤੇਦਾਰ ਨਹੀਂ। ਪਹਿਲਾਂ ਸਾਡੇ ਕਿਸਾਨ, ਉਸ ਤੋਂ ਬਾਅਦ ਕੋਈ ਹੋਰ ਕੰਮ ਹੋਣਾ ਚਾਹੀਦਾ। ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਓ, ਬੜੀ ਮੁਸ਼ਕਲ ਨਾਲ ਇੱਥੇ ਤੱਕ ਪਹੁੰਚੇ ਹਾਂ, ਇੰਨਾ ਆਸਾਨ ਨਹੀਂ ਇੱਥੇ ਪਹੁੰਚਣਾ। ਅੱਜ ਕੁਦਰਤ ਖੁਦ ਤੁਹਾਡੇ ਵਿੱਚ ਆਣ ਕੇ ਬੈਠੀ ਆ, ਅੱਜ ਕੁਦਰਤ ਖੁਦ ਮਜਬੂਰ ਹੋ ਗਈ ਤੁਹਾਡੇ ਤੱਕ ਆਉਣ ਲਈ। ਪਤਾ ਕਿਉਂ? ਇਸ ਕਰਕੇ ਕਿ ਬਹੁਤ ਸ਼ੋਸ਼ਣ ਹੋਇਆ ਸਾਡੇ ਕਿਸਾਨਾਂ ਦਾ, ਬਹੁਤ ਧੱਕੇ ਖਾਧੇ, ਬੜੇ ਸਾਡੇ ਕਿਸਾਨਾਂ ਨੇ ਆਤਮ ਹੱਤਿਆ ਕੀਤੀ। ਕਿਤੇ ਉਹਨਾਂ ਦਾ ਪਰਿਵਾਰਾਂ ਜਾ ਕੇ ਪੁੱਛ ਕੇ ਵੇਖੋ, ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਜੀ ਗੁਆਏ ਨੇ।
हर साल किसान मरन डे, हर साल किसान मरन डे, क्यों नहीं हल कढ़िया जांदा? असी जिम्मेवार हैं इस चीज़ लई। असी एक चीज़ होर याद रखो, हुण जिहड़ियां इलैक्शन होणियां ने, मेरे अपने प्रधानां अगे हाथ जोड़ के बेनती आ, किसानां दे एम एल ए उपर भेजो, किसानां दे एम एल ए उपर भेजो, जिहड़ा प्रधानमंत्री बने वह किसानां दा बने, ताकि साढ़े दुख दर्द तकलीफां दा सानूं पता होवे। नहीं तां इसे तरह सानूं मारां पैणियां जे, पिछे भी पईआं ने, हुण भी पै रहीआं ने, अगां भी पैणियां ने।